ਅਸੀਂ ਮੈਂ ਦੇਖਿਆ ਕਿ ਆਂਦਾ ਹੀ ਅਸੀਂ ਨਾ ਕੁਝ ਕਰ ਦਨੇ ਨਾ ਪਰ ਨਾਮ ਲਫੇ ਬੰਦ ਦਨੇ ਆ ਹਾਂਜੀ ਥੋੜਾ ਜਿਹਾ ਮਤਲਬ ਕਿ ਰਾਤ ਦੇ ਟਾਈਮ ਤੇ ਹਾਂ ਅਸੀਂ ਕੇਸਾ ਨੂੰ ਖੋਲ ਕੇ ਤਾਂ ਕਿ ਉਹਦੇ ਵਿੱਚ ਜਿਹੜੀ ਪਸੀਨਾ ਆਇਆ ਹੋਇਆ ਉਹ ਸਾਰਾ ਉਹ ਸਾਰਾ ਸੁੱਕ ਜੇ ਹਾਂ ਅੱਜ ਜਦੋਂ ਜਦੋਂ ਸਿਰ ਧੋਨੇ ਆ ਡਾਕਟਰ ਸਾਹਿਬ ਉਸ ਦਿਨ ਵੀ ਹੁੰਦਾ ਕਿ ਧੁੱਪ ਲਵਾਈ ਜਾਵੇ ਜ਼ਰੂਰ ਜਿਹੜੇ ਦਸਤਾਰ ਸੁਝਾਉਂਦੇ ਨੇ ਖਾਸ ਕਰਕੇ ਬੰਨਦੇ ਹਾਂ ਬਿਲਕੁਲ ਡ੍ਰਾਇਰ ਨਹੀਂ ਮਾਰਨਾ ਅਸੀਂ ਹੇਰਾ ਫੇਰੀ ਨਹੀਂ ਕਰ ਰਹੀ ਅਸੀਂ ਕੀ ਕਰਦੇ ਆ ਕਿ ਟਾਈਮ ਹੁੰਦਾ ਨਹੀਂ ਹੈ ਨਾ ਕਿ ਆਏ 2 ਮਿੰਟ ਡ੍ਰਾਇਰ ਮਾਰਿਆ 3 ਮਿੰਟ ਪਗਵਲ ਦਨੇ ਕੇਸਾ ਤੇ ਤਸ਼ੱਦਦ ਨਹੀਂ ਕਰਨਾ ਹੁਤ ਤੁਹਾਡੇ ਡਰਾਈਵਰ ਤੁਹਾਡੇ ਮੈਚ ਤੁਹਾਡੀ ਚਮੜੀ ਤੇ ਮਾਰਾ ਦੇਖੋ ਕੀ ਹਾਲ ਹੋਏਗਾ ਬਾਲ ਵਿਚਾਰੇ ਅੱਛਾ ਇੱਕ ਚੀਜ਼ ਹੋ ਰਿਹਾ ਬਾਲ ਦੀ ਦਰਦ ਨਾ ਇਸ ਤਰ੍ਹਾਂ ਆਪਾਂ ਮੈਂ ਹੁਣ ਕੀ ਬੋਲ ਰਿਹਾ ਕਿ ਜਿਹੜੀਆਂ ਅੱਜ ਕੱਲ ਦੀਆਂ ਜਿਹੜੀਆਂ ਕੁੜੀਆਂ ਨੇ ਇਹ ਸਟ੍ਰੇਟਨਿੰਗ ਕਰਾਉਂਦੀਆਂ ਹੈ ਹਨਾ ਬਾਲ ਸਿੱਧੇ ਕਰਵਾ ਲੈਂਦੀਆਂ ਨੇ ਜਿਹੜੇ ਆਪਣੇ ਕਿੰਨੀਆਂ ਸੈਟਿੰਗਸ ਲੈ ਕੇ ਉਹ ਮਸ਼ੀਨਾਂ ਦੇ ਵਿੱਚ ਵਾੜਾ ਪਾ ਪਾ ਕੇ ਪਤਾ ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਨੂੰ ਮੈਂ ਇਹੀ ਮਸ਼ੀਨ ਲਗਾਵਾਂ ਹੱਥ ਤੇ ਤੇ ਛਾਲੇ ਪੈ ਜਾਣੇ कि ਤੁਸੀਂ ਸੇ ਬਾਚੋ ਕਹਿੰਦੀਆਂ ਕਿ ਮੇਰੇ ਵਾਲ ਤਰਗੇ ਹਾਂਜੀ ਇੱਕ ਵਾਰੀ ਤਾਂ ਉਹ ਬੜੇ ਕਹਿੰਦੇ ਨਾ ਲੋ ਜਿਆਦਾ ਕਈ ਸਿਆਣੇ ਕਹਿੰਦੇ ਨੇ ਘੋੜੇ ਦੀ ਪੂਛ ਵਰਗੇ ਵਾਲ ਹੋ ਗਏ ਤੁਸੀਂ ਵਾਲ ਸਿੱਧੇ ਨਹੀਂ ਕਰਨੇ ਠੀਕ ਹੈ ਤੁਸੀਂ ਆਪ ਸਿੱਧੇ ਹੋਣਾ ਹੈ ਹਾਂਜੀ ਥੋੜਾ ਦਿਮਾਗ ਸਿੱਧਾ ਕਰਨ ਵਾਲਾ ਹੋਇਆ ਹੈ ਕਿ ਤੁਸੀਂ ਵਾਲਾ ਨੂੰ ਇਹ ਚੀਜ਼ ਗਰਮ ਵਾਲੀ ਚੀਜ਼ ਨਹੀਂ ਲਾਣੀ ਜਿੰਦੇ ਹੈ ਭਾਈ ਜਿੰਦੇ ਹੈ ਬੋਲ ਦੇਣੀ ਹੈ ਬਿਲਕੁਲ ਆ ਪੇੜਾ ਮੰਗੂ ਜਿੰਦੇ ਹੈ ਤੁਸੀਂ ਪਤਾ ਤੋੜ ਲਓ ਇਹ ਬੋਲੇਗਾ ਕੁਝ ਨਹੀਂ ਤੁਹਾਨੂੰ ਬੋਲੇਗਾ ਕੁਝ ਨਹੀਂ ਪਰ ਦਰਦ ਉਹਨੂੰ ਵੀ ਹੋਏਗੀ ਦਰਦ ਹੋਏਗੀ ਔਰ ਉਹਨੂੰ ਅਫੈਕਟ ਕਰੇ ਤੇ ਡਾਕਟਰ ਸਾਹਿਬ ਜਿਹੜੇ ਉਦਾਂ ਇੱਕ ਜਿੱਦਾਂ ਹੁੰਦਾ ਕੁੜੀਆਂ ਜਾਂਦੀਆਂ ਫੰਕਸ਼ਨ 'ਚ ਮੈਂ ਦੇਖਿਆ ਕਈ ਵਾਰੀ ਕਿ ਕੋਈ ਪਾਰਟੀ ਤੇ ਜਾਣਾ ਫਿਰ ਸਟ੍ਰੇਟਨਰ ਲੈ ਕੇ ਉਹਦੇ ਛੱਲੇ ਜੇ ਬਣਾਉਣੇ ਉਹ ਵੀ ਫਿਰ ਖਤਰਨਾਕ ਹੀ ਹੋਏ। ਦੇਖੋ ਉਹ ਗਲਤ ਹੈ। ਉਹ ਸਭ ਗੈਰ ਕੁਦਰਤੀ ਹੈਗਾ। ਹਮਮ ਅੱਜ ਕੱਲ ਫੈਸ਼ਨ ਹਾਵੀ ਹੋਇਆ ਹੋਇਆ ਹੈ। ਹਾਂਜੀ ਤੇ ਜਿਨ੍ਹਾਂ ਨੇ ਖਾਲਸ ਮਾਨਾ ਪਾਇਆ ਹੋਇਆ ਉਹ ਤਾਂ ਇਹ ਚੀਜ਼ਾਂ 'ਚ ਨਹੀਂ ਪੈਂਦੇ ਨੇ। ਤੇ ਜਿਨ੍ਹਾਂ ਨੇ ਹੁਣ ਆਪਣੇ ਜਿਦਾ ਪਤਾ ਹੀ ਹੈ ਅੱਜ ਕੱਲ ਹਣਾ ਹਾਂਜੀ ਜੇ ਵਾਲ ਖੁੱਲੇ ਰੱਖੇ ਨੇ ਤੇ ਕੁੜੀਆਂ ਦੀ ਕਹਿੰਦੇ ਨਾ ਕਿ ਸਾੜੀ ਦਾ ਸ਼ੋਅ ਤਾਂ ਬਾਲਾਂ ਨਾਲ ਹੀ ਹੁੰਦੀ ਹੈ। ਹਮਮ ਤੇ ਉਹਨਾਂ ਨੇ ਸਾਰਾ ਤਿਆਰ ਉਹਨਾਂ ਦਾ ਬਾਲਾਂ 'ਚ ਹੁੰਦਾ ਹੈ। ਤੇ ਬਾਲ ਦੇ ਕੁੰਡਲ ਬਣਾਣਾ ਇਹ ਜਿੰਨੇ ਤੁਸੀਂ ਕੁੰਡਲ ਬਣਾਉਂਦੇ ਹੋ ਨਾ ਉਥੇ ਡਰਾਇਰ ਬਚਿਆ ਹੁੰਦਾ ਇਹ ਤਾਂ ਨਾਰਮਲ ਦਾ ਦੇਖੋ ਤੁਹਾਡੇ ਵਾਰ ਆ ਹੀ ਖਿਲਰੇ ਰਹਿਣਗੇ ਸਮੇਂ ਬੈਠਾ ਹੋਇਆ ਹਾਂ ਹਾਂ ਜੀ ਇਹਨੂੰ ਅਸੀਂ ਕੁਛ ਨਾ ਜਾਂ ਤਾਂ ਠਾਟੀ ਬੰਨ ਲਓ ਹੈਨਾ ਆਪਾਂ ਠਾਟੀ ਬੰਨ ਦਿੰਦੇ ਆ ਤੇ ਕੁੜੀਆਂ ਕੀ ਕਰ ਸਕਦੀਆਂ ਕੁਛ ਨਹੀਂ ਕਰ ਸਕਦੀਆਂ ਫਿਰ ਉਹ ਜ਼ਿਆਦਾਤਰ ਇਸਪਾਸ ਫੂਲ ਲੈਂਦੀਆਂ ਨੇ ਫਿਰ ਆ ਚੋ ਫੇ ਕੀ ਕਰਦੇ ਨੇ ਫਿਰ ਨਾਈ ਬੋਲ ਦਿੰਦਾ ਜੀ ਤੁਹਾਨੂੰ ਜੀ ਤੇਲ ਲਾ ਕੇ ਸਪਾ ਦੇ ਦਿੰਨੇ ਆ ਸਟੀਮ ਦੇ ਦਿੰਨੇ ਆ ਉਹ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਨੂੰ ਸਟੀਮ ਦੇ ਕੇ ਕੀ ਹੁੰਦਾ ਹੈ ਕਿ ਵਾਲਾਂ ਨੂੰ ਸਟੀਮ ਦੇਣੀ ਮਾਰੀ ਨਹੀਂ ਹੈ ਅੱਛਾ ਵਾਲਾਂ ਨੂੰ ਸਟੀਮ ਆਪਾਂ ਦੇ ਸਕਦੇ ਆ ਸਟੀਮ ਦੇ ਨਾਲ ਕੀ ਹੁੰਦਾ ਕਿ ਪੋਰਸ ਖੁੱਲਦੇ ਆ ਅੱਛਾ ਜਿਹੜੇ ਪੋਰਸ ਹੁੰਦੇ ਨਾ ਤੇ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਹੈ ਕਿ ਸਾਡੇ ਇੱਕ ਬਾਲ ਦੇ ਵਿੱਚ ਇੱਕ ਕੇਸ ਦੇ ਇੱਕ ਬਾਲ ਦੇ ਵਿੱਚ ਜੜ ਦੇ ਵਿੱਚ ਇੱਕ ਛੋਟਾ ਜਿਹਾ ਗਲੈਂਡ ਲੱਗਿਆ ਹੁੰਦਾ ਕੱਲੇ-ਕੱਲੇ ਬਾਲ ਤੇ ਲੱਗਿਆ ਹੁੰਦਾ ਜੋ ਤੇਲ ਸਪਲਾਈ ਕਰਦਾ ਹੈ ਅੱਛਾ ਉਹਦੇ ਬਾਲ ਦੇ ਵਿੱਚ ਤੇਲ ਸਪਲਾਈ ਕਰਦਾ ਉਹ ਤੇਲ ਜਿਹੜਾ ਪੂਰੇ ਬਾਲ ਦੇ ਵਿੱਚ ਚਾਹੇ ਉਹ ਪਾਨੀ ਫੋੜਦੇ ਵਾਲ ਹੈ ਚਾਹੇ ਤੁਸੀਂ ਅਗਰ ਛੋਟੇ ਕਰੇ ਹੋਏ ਆ ਕਟਾ ਕਟੂਕੇ ਤੇ ਉਥੇ ਤੱਕ ਇਹ ਪੂਰਾ ਇਹ ਕੇਸ ਜਿਹੜਾ ਹੈਗਾ ਨਾ ਇਹ ਤੇਲ ਸਪਲਾਈ ਕਰਦਾ ਹੈ ਸਾਡੇ ਰੱਬ ਨੇ ਕੋਈ ਕبھی ਨਹੀਂ ਛੱਡੀ ਹੈ ਕੱਲੇ-ਕੱਲੇ ਵਾਲs ਵਿੱਚ ਮੈਂ ਕਹਿ ਰਿਹਾ ਹਾਂ ਬਿਲਕੁਲ ਕੱਲੇ-ਕੱਲੇ ਵਾਲ ਦੇ ਵਿੱਚ ਨੈਟ ਸਰਚ ਚਾਹੇ ਰੋਮ ਕੱਲੇ-ਕੱਲੇ ਹਾਂ ਰੋਮਟਿਆਂ ਦੇ ਵਿੱਚ ਜਿਹੜੇ ਹੁੰਦੇ ਆ ਤੇ ਜਿਹੜੇ ਆਪਣੇ ਇਕੱਲੇ-ਕੱਲੇ ਵਾਲ ਦੇ ਵਿੱਚ ਇੱਕ ਸਬੀਸ਼ੀਅਸ ਗਲੈਂਡ ਹੁੰਦਾ ਤੁਸੀਂ ਨੈਟ ਸਰਚ ਕਰ ਸਕਦੇ ਹੋ ਮਤਲਬ ਕਿ ਦੇਖੋ ਸਾਡੇ ਕਿੰਨੇ ਕ ਬਾਲ ਨੇ ਗਿਣਤੀ ਨਹੀਂ ਹੈ ਜਾਨੀ ਕਿ ਗਲੈਂਡ ਮਤਲਬ ਮਾਸਪੇਸ਼ੀਆਂ ਹੁੰਦੀਆਂ ਹਰ ਵਾਲ ਦੇ ਹਾਂ ਵਾਲ ਦੇ ਥੱਲੇ ਇੱਕ ਗ੍ਰੰਥੀਆਂ ਵਾਲੀਆਂ ਪੇਸ਼ੀਆਂ ਹੁੰਦੀਆਂ ਜਿਹੜੀਆਂ ਉਹ ਗ੍ਰੰਥੀ ਹੈਗੀ ਆ ਉਹ ਤੇਲ ਕੱਢਦੀ ਹੈ ਤੇ ਉਹ ਵਾਲਾਂ ਵਿੱਚ ਨੈਚੁਰਲ ਸ਼ਾਈਨ ਇਸ ਰਸੇ ਵਿਦਾ ਮਤਲਬ ਕਿ ਤੇਲ ਲਾਉਣਾ ਬਹੁਤ ਜ਼ਰੂਰੀ ਹੈ ਪਰ ਅੱਜ ਕੱਲ ਤੇਲ ਲਾਉਣ ਦਾ ਟ੍ਰੈਂਡ ਹੀ ਨਹੀਂ ਹੈਗਾ ਕੁੜੀਆਂ ਤਾਂ ਬਹੁਤ ਘੱਟ ਲਾਉਂਦੀਆਂ ਨੇ ਤੇ ਬਹੁਤ ਤੇ ਘੱਟ ਉਹ ਵਾਲ ਚਿਪਕ ਜਾਂਦੇ ਨੇ ਨਾ ਚਿਪਕ ਜਾਣਗੇ ਔਰ ਸਿਰ ਧੋਣ ਤੋਂ ਪਹਿਲਾਂ ਵੀ ਨਹੀਂ ਲਾਇਆ ਜਾਂਦਾ ਨਹੀਂ ਲਾਉਂਦੀਆਂ ਬੰਦੀਆਂ ਨਹੀਂ ਆ ਮਲਾਂ ਨੂੰ ਪੁੱਤ ਨਹੀਂ ਕਰਦੀਆਂ ਗੁੱਤ ਤਾਂ ਅੱਜ ਕੱਲ ਦਿਖਦੀ ਨਹੀਂ ਗੁੱਤ ਦਿਖਦੀ ਨਹੀਂ ਗੁੱਤ ਲੰਮੀ ਗੁੱਤ ਤਾਂ ਕੀ ਦੇਖਣੀ ਸੀ ਗੁੱਤ ਹੀ ਨਹੀਂ ਦਿਖਦੀ ਅੱਜ ਕੱਲ ਮੈਨੂੰ ਯਾਦ ਆ ਪੁਰਾਣੇ ਮਾਨੇ ਵਿੱਚ ਮਾਵਾਂ ਨਾ ਗੁੱਤ ਕਰਕੇ ਥੱਲੇ ਰਿਬਨ ਰਬੇੜ ਦਿੰਦੀਆਂ ਸੀਗੀਆਂ ਉਹ ਅੱਛੇ ਰਵਾਜ ਸੀਗੇ ਹਾਂਜੀ ਉਸ ਟਾਈਮ ਵਾਲ ਕੱਟਦੇ ਨਹੀਂ ਸੀਗੇ ਵਾਲਾਂ ਦੀ ਸੰਭਾਲ ਬੜੀ ਵਧੀਆ ਹੋ ਜਾਂਦੀ ਸੀ ਹਾਂਜੀ 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 ਤੇ ਇੱਕ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਕਿ ਵਾਲ ਦੇ ਵਿੱਚ ਇੱਕ ਹੋਰ ਚੀਜ਼ ਦੱਸ ਦਿੰਦਾ ਕਿ ਵਾਲ ਦੇ ਵਿੱਚ ਇੱਕ ਤਾਂ ਸਬੀਸ਼ਸ ਗਲੈਂਡ ਹੋ ਗਿਆ ਹਾਂਜੀ ਇੱਕ ਨਾ ਮਸਲ ਲੱਗਿਆ ਹੋਇਆ ਹਮ ਹਰ ਵਾਲ ਦੇ ਵਿੱਚ ਇੱਕ ਗਲੈਂਡ ਤੇ ਇੱਕ ਮਸਲ ਲੱਗਿਆ ਹੋਇਆ ਹੈ ਅੱਛਾ ਤੇ ਸਾਡੇ ਜਿਹੜੇ ਥੱਲੇ ਹਾਂ ਜਿੱਥੋਂ ਵਾਲ ਉਗਦੇ ਹਾਂ ਬਿਲਕੁਲ ਥੱਲੇ ਲੱਗਿਆ ਹੋਖਪੜੇ ਦੇ ਵਿੱਚ ਤੁਸੀਂ ਦੇਖਿਆ ਨਾ ਠੰਡ ਜਦ ਹੁੰਦੀ ਹੈ ਜਿਆਦਾ ਯਾਸੀਂ ਡਰ ਜਾਂਦੇ ਹਾਂ ਯਾ ਤੁਸੀਂ ਜਿਨ੍ਹਾਂ ਦੇ ਘਰ ਪੱਟ ਪਾਲੇ ਹੋਏ ਆ ਜਿਨ੍ਹਾਂ ਨੇ ਘਰ ਡੌਗੀ ਬਾਲੇ ਹੋਏ ਜਾਂ ਗੁੱਸਾ ਆਉਂਦਾ ਬਾਲ ਖੜੇ ਕਰ ਦਿੰਦੇ ਆ ਲੂ ਕੰਡੇ ਖੜੇ ਹੁੰਦੇ ਆ ਜੀ ਹਾਂ ਉਹੀ ਤਾਂ ਪੰਜਾਬੀ ਤੁਸੀਂ ਉਹਨੂੰ ਹੀ ਬੋਲੋਗੇ ਮੈਂ ਤਾਂ ਬੋਲੀ ਨਹੀਂ ਆਈ ਲੋ ਕੰਡੇ ਖੜੇ ਹੁੰਦੇ ਆ ਜਿਹੜੇ ਉਹ ਖੜੇ ਹੁੰਦੇ ਨੇ ਨਾ ਉਹਦੇ ਵਿੱਚ ਵੀ ਬਾਲ ਕੋਲ ਇੱਕ ਇੱਕ ਮਸਲ ਹੈਗਾ ਉਹ ਵੀ ਫਲੈਕਸ ਕਰਦਾ ਤੁਸੀਂ ਆਪਣੇ ਬਾਲ ਦੇਖਣਾ ਕਦੀ ਨਾ ਕਦੀ ਤੁਸੀਂ ਡਰਦੇ ਹੋ ਕੁਝ ਹੁੰਦੇ ਹੋ ਯਾਨੀ ਕਿ ਜਿਹੜੀ ਉਹ ਸਾਡੇ ਦਿਮਾਗ ਦੀ ਸੈਂਸਿਟੀਵਿਟੀ ਹੈ ਉਹ ਉਹ ਵੀ ਰਿਫਲੈਕਟ ਕਰਦਾ ਇੱਥੋਂ ਪਤਾ ਲੱਗਦਾ ਹੈ ਕਿ ਸਾਡਾ ਬਾਲ ਹੈਗਾ ਉਹ ਸਾਡੀ ਇਮੋਸ਼ਨਸ ਨੂੰ ਵੀ ਸ਼ੋਕ ਕਰਦਾ ਕਿਵੇਂ ਸਮਝਦਾ ਹੈ ਹਾਂ ਬਿਲਕੁਲ ਸਾਨੂੰ ਗੁੱਸਾ ਆਂਦਾ ਹੈ ਜਾਂ ਅਸੀਂ ਕਿਸੇ ਆਪਣੇ ਐਸੇ ਬੰਦੇ ਨੂੰ ਮਿਲ ਰਹੇ ਹਾਂ ਜੋ 20 ਸਾਲ ਦੇ ਬਾਅਦ ਸਾਨੂੰ ਮਿਲ ਰਿਹਾ ਹੈ ਹਾਂਜੀ ਠੀਕ ਹੈ ਸਾਡੇ ਬਾਲ ਖੜੇ ਹੋ ਜਾਂਦੇ ਜਜ਼ਬਾਤਾਂ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਵੀ ਜਜ਼ਬਾਤ ਹੋਣ ਤੇ ਸਾਡੇ ਲੂ ਕੰਡੇ ਖੜੇ ਹੁੰਦੇ ਨੇ ਜਾਂ ਕੋਈ ਇਹੋ ਜੀ ਡਰਾਵਣੀ ਚੀਜ਼ ਦੇਖੀ ਹਾਂ ਡਰ ਕੇ ਵੀ ਡਰ ਕੇ ਵੀ ਹਾਂ ਜਾਂ ਕੋਈ ਬਹੁਤ ਚੰਗੀ ਚੀਜ਼ ਦੇਖੀਏ ਫਿਰ ਵੀ ਲੂ ਕੰਡੇ ਖੜੇ ਹਾਂ ਹਾਂ ਇਹਦਾ ਅਗਰ ਨਾਮ ਹੈ ਕੋਰਟੀਸੋਲ ਨਿਕਲਦਾ ਟਡੋ ਅਲੰਬਿਸ਼ਵਰੀ ਹੋ ਜਾਏਗੀ ਲੇਕਿਨ ਇਹਦਾ ਜਿਹੜਾ ਦਿਮਾਗ ਦੇ ਨਾਲ ਜਿਹੜੇ ਹਾਰਮੋਨਸ ਨੇ ਸਾਡੇ ਬਾਲਾਂ ਤੇ ਅ ਕਿ ਵਾਲ ਸਾਡੇ ਸ਼ਰੀਰ ਦੇ ਅਭਿਨ ਅੰਗ ਹੈਗੇ ਆ ਤੇ ਇਹਨੂੰ ਅਸੀਂ ਪਲੀਜ਼ ਇਹਨੂੰ ਤੰਗ ਨਾ ਕਰੀਏ ਜਿੰਨਾ ਅਸੀਂ ਪੰਗੇ ਲਵਾਵਾਂਗੇ ਛੋਟੇ ਹੁੰਦੇ ਹੋਏ ਉਹਨੇ ਸਾਨੂੰ ਵੱਡੀ ਉਮਰ 'ਚ ਜਲਦੀ ਚੜਨਗੇ ਠੀਕ ਹੈ ਜਿੰਨਾ ਅਸੀਂ ਕੈਮੀਕਲ ਲਾਵਾਂਗੇ ਜਿੰਨਾ ਅਸੀਂ ਵਾਲਾਂ ਨੂੰ ਘੱਟ ਸਾਫ ਕਰਾਂਗੇ ਜਿਨ੍ਹਾਂ ਦੇ ਵਾਲ ਛੱਡਦੇ ਨੇ ਨਾ ਇੱਕ ਚੀਜ਼ ਹੋਰ ਹੈਗੀ ਐ ਕਿ ਉਹ ਨਾ ਕੰਗੀ ਨਾ ਯੂਜ਼ ਕਰਨ ਅੱਛਾ ਉਹ ਕੰਗਾ ਯੂਜ਼ ਕਰਨ ਜੇ ਵਿੱਥਾਂ ਜਿਆਦਾ ਹੁੰਦੀਆਂ ਨਾ ਮੋਟੇ ਮੋਟੇ ਵਿੱਥਾਂ ਵਾਲੇ ਤਾਂ ਕਿ ਬਾਲ ਕਮਜ਼ੋਰ ਪਹਿਲੇ ਹੀ ਹੈਗੇ ਆ ਤਾਂ ਕਿ ਤੁਸੀਂ ਬਰੀਕ ਬਰੀਕ ਵਾਲੇ ਕੰਘੀ ਯੂਜ਼ ਕਰੋਗੇ ਨਾ ਤੇ ਉਹ ਨਾਲ ਜਿਆਦਾ ਛੱਡਦੇ ਅੱਛਾ ਤੇ ਡਾਕਟਰ ਸਾਹਿਬ ਲੱਕੜ ਦਾ ਕੰਗਾ ਤੇ ਪਲਾਸਟਿਕ ਦਾ ਕੰਗਾ ਇਨਾਂ ਚ ਕੋਈ ਫਰਕ ਹੈ ਦੇਖੋ ਪੁਰਾਣੇ ਜਮਾਨੇ ਵਿੱਚ ਤਾਂ ਲੱਕੜ ਦੀ ਸੀ ਲੱਕੜ ਦੀ ਸੀ ਹਾਂਜੀ ਲੱਕੜ ਜਿਹੜੀ ਹੁੰਦੀ ਹੈ ਉਹ ਦੇਖੋ ਫੇਕ ਆ ਗਈ ਨਾ ਕੁਦਰਤੀ ਚੀਜ਼ ਆ ਗਈ ਲੱਕੜ ਕੁਦਰਤੀ ਚੀਜ਼ ਆ ਗਈ ਲੱਕੜ ਨੇ ਆਪਣੇ ਦੇਖਣਾ ਚੱਲਣਾ ਹੈ ਪਲਾਸਟਿਕ ਤੇ ਤਿੱਖੀ ਹੁੰਦੀ ਹੈ ਤੁਸੀਂ ਸਿਰ 'ਚ ਮਾਰ ਕੇ ਖਾਲਿਸ਼ ਹੁੰਦੀ ਨਾ ਦੇਖਿਆ ਉਹ ਕੰਗਦੀ ਨੂੰ ਐ ਸਿਰ 'ਚ ਮਾਰੀ ਜਾਂਦੇ ਬਿਲਕੁਲ ਔਰ ਉਹਨਾਂ ਦੀਆਂ ਜਿਹੜੀਆਂ ਤਰੰਗਾਂ ਨਿਕਲਦੀਆਂ ਨੇ ਉਹਦੇ 'ਚ ਵੀ ਫਰਕ ਹੁੰਦਾ ਉਹ ਪਲਾਸਟਿਕ ਦੀਆਂ ਵੇਵਸ ਨੇ ਜਿਹੜੀਆਂ ਤੇ ਲੱਕੜ ਦੇ ਕੰਗੇ ਦੀਆਂ ਵੇਵਜ਼ ਨੇ ਉਹ ਵੱਖਰੀਆਂ ਹੁੰਦੀਆਂ ਬਿਲਕੁਲ ਉਹ ਫਰਕ ਹੁੰਦਾ ਪਰ ਅਸੀਂ ਅੱਜਕੱਲ ਆਪਾਂ ਇੰਨਾ ਜ਼ਿਆਦਾ ਸਾਨੂੰ ਆਪਾਂ ਲੱਕੜ ਦੇ ਘਾਟ ਯੂਜ਼ ਕਰਦੇ ਆ ਚਲੋ ਉਹ ਵੀ ਚੱਲ ਜਾਏਗਾ ਲੇਕਿਨ ਜਿਹੜੀ ਚੁੰਝ ਹੁੰਦੀ ਹੈ ਪਲਾਸਟਿਕ ਵਾਲੀ ਉਹ ਧਿਆਨ ਨਾਲ ਦੇਖੋ ਤਿੱਖੀ ਨਾ ਹੋਵੇ ਯਾਨੀ ਕਿ ਸੌਫਟ ਕੰਗੀ ਹੋਵੇ ਸੌਫਟ ਕੰਗੀ ਕਰਨੀ ਜਿਹਦੇ ਬਿੱਥਾਂ ਜ਼ਿਆਦਾ ਹੋਣ ਜਿਹਦੇ ਬਾਲ ਛੱਡਦੇ ਆ ਹਾਂਜੀ ਠੀਕ ਹੈ ਨਾ ਹੁਣ ਆਪਾਂ ਬਾਲ ਆਪਾਂ ਨਾ ਕੇ ਬਾਹਰ ਆਨੇ ਆ ਤੇ ਉਹ ਉਲਝੇ ਹੁੰਦੇ ਆ ਬਾਲ ਹਾਂਜੀ ਅਸੀਂ ਫਿਰ ਨਾ ਉਹਨੂੰ ਜ਼ੋਰ ਲਾ ਲਾ ਕੇ ਖਿੱਚਦੇ ਆ ਉਹਦੇ ਵਾਸਤੇ ਕੀ ਕਰਨਾ ਕਿ ਅਸੀਂ ਬਾਲ ਨੂੰ ਹੱਥ ਤੇ ਬੰਨ ਲੀ ਤਾ ਕੀ ਝੜਤੇ ਸਰ ਨਾਲ ਹੋਵੇ ਨਾ ਬਿਲਕੁਲ ਐ ਕਿਚ ਲਈਏ ਕਈ ਵਾਰੀ ਮਤਲਬ ਦੇਖਿਆ ਬੱਚਿਆਂ ਦੇ ਕੇਸ ਜਦੋਂ ਮਾਵਾ ਬੌਂਦੀਆਂ ਹੁੰਦੀਆਂ ਨੇ ਗੁੱਸੇ ਚ ਸਾਰਾ ਗੁੱਸਾ ਬੱਚੇ ਦੇ ਕੇਸਾਂ ਤੇ ਉੱਤੇ ਜਾਏ ਪੱਟ ਪੱਟ ਕੇ ਵਾਲ ਹੁੰਦੇ ਲੱਗਦਾ ਕਿ ਇਹ ਹੋਰ ਤੇ ਹੁੰਦਾ ਕੇਸਾਂ ਦੇ ਘੱਟ ਜਾਂਦਾ ਬੱਚੇ ਰੋਂਦੇ ਹੁੰਦੇ ਉਹ ਵੀ ਉਹ ਵੀ ਇੱਕ ਜਾਨਦਾਰ ਚੀਜ਼ ਹੈਗੀ ਹੈ ਤੇ ਮਤਲਬ ਉਹਨੂੰ ਆਪਾਂ ਦਰਦ ਹੁੰਦੀ ਹੈ ਦਰਦ ਹੁੰਦੀ ਹੈ ਸੋ ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰੀਏ ਰਾਮਵਾਣ ਦੀ ਵਿੱਚ ਹੀ ਫੇਰ ਰਹੇ ਸੀ ਕਿ ਇਹ ਬਣਾਉਣਾ ਕਿਵੇਂ ਆ ਤੇ ਹਾਂਜੀ ਹਾਂਜੀ ਆ ਦੇਖੋ ਆਪਾਂ ਇਹਦੇ ਵਿੱਚ ਇਹੀ ਕਰਨਾ ਹੈ ਕੀ ਤੇ ਆਣਾ ਸੁਣਿਓ ਆ ਜਿਹੜੀ ਮੇਥੀ ਐ ਇਹ 30 ਗ੍ਰਾਮ ਲੈਣੀ ਐ ਹਮ 30 ਗ੍ਰਾਮ ਇਹ ਲੈਣੀ ਐ ਤੁਸੀਂ ਨਾ ਕਰਨਾ ਕੀ ਐ ਯਾਦਾ ਤੁਸੀਂ ਲੈ ਲਓ ਕੰਚ ਦੀ ਬੋਟਲ ਹਮ ਮਤਲਬ ਕਿ 150 ਐਮਲ ਦੀ ਠੀਕ ਐ ਠੀਕ ਐ ਜਾਂ ਤੁਸੀਂ ਪਲਾਸਟਿਕ ਦਾ ਅੱਛਾ ਪਲਾਸਟਿਕ ਠੀਕ ਐ ਗੁੱਡ ਮਤਲਬ ਈਡੇ ਵਾਲਾ ਪਲਾਸਟਿਕ ਲੈ ਗ੍ਰੇਡ ਹੁੰਦਾ ਤੁਸੀਂ ਇਹ ਲੈ ਲਓ ਤੇ ਇਹਦੇ ਵਿੱਚ ਤੁਸੀਂ 30 ਗ੍ਰਾਮ ਮੇਥੀ ਲੈਣੀ ਐ ਅੱਛਾ 30 ਗ੍ਰਾਮ ਜਾਂ 6 ਤੋਂ 7 ਚਮਚ ਲੈ ਲਓ ਹਮ ਠੀਕ ਐ ਜੀ ਉਹਦੇ ਵਿੱਚ ਅਸੀਂ 50 ਐਮਲ 50 ml ਜਾਂ 48 g ਅਸੀਂ ਖੋਪੇ ਦਾ ਤੇਲ ਜੋ ਮੈਂ ਤੁਹਾਨੂੰ ਸੁਝਾਇਆ ਹੁਣੇ ਕਿ ਸਿਰਚ ਲਾਣ ਵਾਲਾ ਨਹੀਂ ਖਾਣ ਵਾਲਾ ਖੋਪੇ ਦਾ ਤੇਲ ਠੀਕ ਹੈ ਇਹ ਲੋਕੀ ਗਲਤ ਕਰਦੇ ਆ ਬਹੁਤ ਉਹ ਫਿਰ ਸਮਝਦੇ ਨਹੀਂ ਆ ਵੀਡੀਓਜ਼ ਨੂੰ ਫਿਰ ਉਹ ਕਹਿੰਦੇ ਸਾਡਾ ਤੇਲ ਨਹੀਂ ਬਣਿਆ ਹਮ ਠੀਕ ਹੈ ਉਹਦੇ ਵਿੱਚ ਅਸੀਂ 50 g ਖੋਪੇ ਦਾ ਤੇਲ 50 g ਅਰੰਡ ਦਾ ਤੇਲ ਠੀਕ ਹੈ ਹੁਣ ਇਹ ਲੈ ਕੇ ਸਪੋ ਚ ਇਹ ਸਿਸੇ ਦਾ ਛੋਟੀ ਹੈ ਇਹ 100 ml ਦੀ ਹੈ ਜੀ ਠੀਕ ਹੈ ਤੇ ਆਪਾਂ 50 50 ਐਮਐਲ ਪਾਇਆ ਤੇ 100 ਗ੍ਰਾਮ ਤੇ 30 ਗ੍ਰਾਮੋਂ ਪਤਾ ਤਕਰੀਬਨ ਇਹਦੇ ਚ ਆ ਜਾਏਗਾ ਥੋੜੀ ਜਿਹੀ ਇਸ ਤੋਂ ਵੱਡੀ ਲੈ ਲਓ ਤੇ ਹੁਣ ਇਹਨੂੰ ਕਰਨਾ ਕੀ ਹੈ ਇਹ ਤੇਲ ਸਾਲਾ ਪਾ ਲਿਆ ਤੁਸੀਂ ਇਹਨੂੰ ਤੁਸੀਂ ਨਾ ਇਹ ਆ ਤੋਲਿਆ ਲੈ ਲਓ ਇਹ ਤੋਲਿਆ ਲੈ ਕੇ ਤੇ ਇਹਨੂੰ ਨਾ ਐਂ ਚ ਪਾ ਦਿਓ ਲਪੇਟ ਦੇ ਲਪੇਟ ਦਿਓ ਇਹਨੂੰ ਠੀਕ ਹੈ ਠੀਕ ਹੈ ਜੀ ਹੁਣ ਇਹ ਕੋਸਾ ਹੋ ਗਿਆ अच्छा ठीक है कोसा हो गया ना जिस तरह आप दई ना दई लाने कर दे हां जी हां जाग लांदे जाग लांदे आज आपानो आटे च पा दने कई वारी बिल्कुल रात नु ਰੱਖਦੇ ਰਾਤ नु ਪਾ ਦਨੇ ਹੁਣ ਇਹਨੂੰ ਤੁਸੀਂ ਕੀ ਕਰਨਾ ਹੈ ਕਿ ਇਹਨੂੰ ਤੁਸੀਂ ਘਰ ਦੇ ਵਿੱਚ ਕਿਸੇ ਐਸੀ ਥਾਂ ਤੇ ਅਲਮਾਰੀ ਚ ਰੱਖ ਦੋ ਜਾਂ ਐਸੀ ਥਾਂ ਰੱਖੋ ਜਿੱਥੇ ਹਲਕਾ ਜਿਹਾ ਨੈਚੁਰਲ ਕੋਸਾ ਪਨ ਹੈਗਾ ਠੀਕ ਹੈ ਠੀਕ ਹੈ ਮਤਲਬ ਕਿਸੇ ਅਲਮਾਰੀ ਚ ਜਾਂ ਆਟੇ ਵਾਲੀ ਪੇਟੀ ਚ ਆਟੇ ਵਾਲੀ ਪੇਟੀ ਚ ਤੁਸੀਂ ਰੱਖ ਦੋ ਜਿੱਥੇ ਨੈਚੁਰਲ ਕੋਸਾ ਪਨ ਹੈ ਜਾਂ ਹਲਕਾ ਧੋਪ ਨਿਕਲ ਰਹੀ ਹੈ ਤੋਂ ਪੇਰਾਖ ਲਓ ਤੁਸੀਂ ਇਹਨੂੰ ਕਰਨਾ ਕੀ ਹੈ ਕਿ ਤੁਸੀਂ ਇਹਨੂੰ ਦਿਨੇ ਦਾ ਧੁੱਪੇ ਰੱਖ ਲਓ ਹਾਂ ਐਨ ਧੁੱਪੇ ਰੱਖ ਦੋ ਜਦ ਸ਼ਾਮ ਹੋਈ ਧੁੱਪ ਨਿਕਲੀ ਨਾਲ ਹੀ ਲਪੇਟਾ ਕਰਕੇ ਨਾ ਇਹਨੂੰ ਤੇ ਤੁਸੀਂ ਇਹਨੂੰ ਅਦਮਾਰਿਚ ਰੱਖ ਦੋ ਠੀਕ ਹੈ ਇਹ ਤੁਸੀਂ 10 ਦਿਨ ਕਰਨਾ ਹੈ 10 ਦਿਨ ਠੀਕ ਹੈ 10 ਦਿਨ ਕਰਨਾ ਹੈ ਹਾਂ ਠੀਕ ਹੈ ਜੀ 10 ਦਿਨ ਕਰਨਾ ਉਸ ਤੋਂ ਬਾਅਦ ਕੀ ਹੋਏਗਾ ਕਿ ਤੁਹਾਡਾ ਆਹ ਵਾਲਾ ਤੇਲ ਬਿਲਕੁਲ ਤਿਆਰ ਹੋ ਜਾਏਗਾ ਅੱਛਾ ਉਹਦਾ ਬਣ ਜਾਏਗਾ ਹਾਂ ਇਹ ਤੇਲ ਬਣ ਜਾਏਗਾ ਬਿਲਕੁਲ ਤੇ ਅਗਰ ਆਪਾਂ ਇਹਦੀ ਤੁਸੀਂ ਆਪਾਂ ਟੱਕਰ ਦੀ ਸੜੀ ਖੋਲਾਂਗੇ ਨਾ ਲੱਗੀ ਸੀਲ ਲੱਗੀ ਹੋਈ ਐ ਹੂੰ ਤੇ ਇਹਨੂੰ ਆਪਾਂ ਦੂਰੋਂ ਦੀ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਖੁਸ਼ਬੂ ਆ ਰਹੀ ਹੈ ਤੇ ਬਾਕੀ ਜਿਹੜਾ ਆ ਥੱਲੇ ਆਣਾ ਬਚਿਆ ਜਿਹੜਾ ਆ ਵਾਈਟ ਪੈਚ ਤੁਸੀਂ ਦੇਖ ਰਹੇ ਹੋ ਕਿਉਂਕਿ ਦੋ ਤਰੀਕੇ ਤੇਲ ਮਿਲਾਏ ਆ ਅਸੀਂ ਇੱਕ ਅਸੀਂ ਖੋਪਰ ਦਾ ਤੇਲ ਮਿਲਾਇਆ ਹੈ ਇੱਕ ਅਸੀਂ ਅਰੰਦਾ ਤੇਲ ਮਿਲਾਇਆ ਹੈ ਦੋਨਾਂ ਦੀ ਵਿਸਕੋਸਟੀ ਅਲੱਗ-ਅਲੱਗ ਹੈਗੀ ਹੈ ਠੀਕ ਹੈ ਇਹਨੂੰ ਮਤਲਬ ਸ਼ੇਕ ਕਰਕੇ ਲਾ ਸਕਦੇ ਹਾਂ ਸ਼ੇਕ ਹਾਂ ਇਹਨੂੰ ਆਪਾਂ ਸ਼ੇਕ ਵੀ ਕਰੀ ਜਾਣਾ ਜਿਸ ਤਰ੍ਹਾਂ ਆਪਾਂ ਧੁੱਪੇ ਰੱਖਿਆ ਤੇ ਅਸੀਂ ਇਹਨੂੰ ਸ਼ੇਕ ਵੀ ਕਰਦੇ ਆ ਤੇ ਤਾਂ ਕਿ ਉਹ ਤੇਲ ਮਿਲ ਜਾਵੇ ਆਪਸ ਦੇ ਇਹਦਾ ਹੁਣ ਦੇਖੋ ਇਸ ਤਰ੍ਹਾਂ ਦਾ ਰੰਗ ਹੈ ਪਹਿਲਾਂ ਜਿਹੜਾ ਸੀ ਹਾਂਜੀ ਤੇ ਲਾਉਣਾ ਕਦੋਂ ਹੈ ਕਿਵੇਂ ਸਿਰ ਤੋਂ ਤੋਂ ਪਹਿਲਾਂ ਬਾਅਦ ਚ ਇਹ ਆਪਾਂ ਬਾਅਦ ਚ ਹੀ ਲਾਵਾਂਗੇ ਅੱਛਾ ਕਿ ਇਹ ਪਹਿਲੇ ਨਹੀਂ ਲਾਣਾ ਕਿਉਂਕਿ ਬਾਅਦ ਚ ਇਸ ਤਰ੍ਹਾਂ ਕਿ ਲਾਣਾ ਹੈ ਕਿ ਆਪਣੇ ਜਿਹੜਾ ਗੰਦਗੀ ਕੱਢਦੀ ਹੈ ਹਮ ਠੀਕ ਹੈ ਤੇ ਨਾਣਾ ਉਸ ਤਰ੍ਹਾਂ ਹੀ ਹੈ ਸਿਕਾ ਕਈ ਦੇ ਨਾਲ ਦੇਖੋ ਜਿਹਨੂੰ ਪ੍ਰੋਬਲਮ ਹੈਗੀ ਹੈ ਸਾਰਾ ਕੰਮ ਕਰਨਾ ਪਏਗਾ ਠੀਕ ਹੈ ਠੀਕ ਹੈ ਤੁਸੀਂ ਹਫਤੇ ਵਿੱਚ ਦੋ ਵਾਰੀ ਨਾ ਲਓ ਠੀਕ ਹੈ ਤਿੰਨ ਵਾਲੀ ਲੋੜ ਨਹੀਂ ਦੋ ਬਤਨ ਆ ਹੀ ਲੋ ਨਾ ਇਹਦੇ ਨਾਲ ਨਹਾਣ ਤੋਂ ਬਾਅਦ ਤੁਸੀਂ ਇਹ ਤੇਲ ਜਿਹੜਾ ਹੈਗਾ ਇਹ ਫਿਰ ਤੁਸੀਂ ਆਪਣੀ ਮੰਮੀ ਤੋਂ ਜਾਂ ਕਿਸੇ ਤੋਂ ਜਣਾ ਚੀਦਣਾ ਹੈ ਤਾਂ ਮੈਂ ਸਮਝਾਇਆ ਕਿ ਤੇਲ ਜੜ ਤੋਂ ਹੀ ਉਹ ਖਿੱਚਦਾ ਹੈ ਜਣਾ ਇੱਕ ਬਾਲ ਦੀ ਜੜ ਹੈਗੀ ਹੈ ਉਸ ਤੋਂ ਹੀ ਉਹ ਖਿੱਚਣਾ ਆਉਂਦੇ ਉੱਥੇ ਲਾਣਾ ਤੇ ਬਾਲਾਂ ਦੇ ਐਂਡ ਹੁਣ ਕੀ ਜਾਂਦੇ ਦੇਖਿਆ ਮੈਂ ਬਾਲਾਂ ਦੇ ਨਾ ਐਂਡ ਚ ਜਾ ਕੇ ਇੱਕ ਬਾਲ ਦੇ 40 ਬਣ ਜਾਂਦੇ ਹਾਂ ਹਾਂਜੀ ਦੋ ਮੂਹੇ ਚਾਰ ਮੂਹੇ ਹਾਂਜੀ ਤੇ ਉਹਨਾਂ ਨੇ ਇਹ ਤੇਲ ਜਿਹੜਾ ਹੈਗਾ ਐਂਡ ਚ ਲਾ ਕੇ ਚੰਗੀ ਤਰ੍ਹਾਂ ਇਹਨੂੰ ਛੱਡ ਦੇਣਾ ਤੇ ਇਹ ਤੁਹਾਨੂੰ ਜਿੰਨੀ ਚਿਪਚਾੜ ਦਿਖ ਰਹੀ ਹੈ ਇਹਦੇ ਵਿੱਚ ਕਿਉਂਕਿ ਇਹ ਰੰਦਾ ਤੇਲ ਪਿਆ ਹੋਇਆ ਹੈ ਇਹ ਵਿਸਕੋਸਟੀ ਨਾਲ ਇਹ ਐਬਜ਼ਾਰਬ ਕਰਾਏਗਾ ਤੁਹਾਨੂੰ ਠੀਕ ਹੈ ਠੀਕ ਹੈ ਇਹ ਤੇਲ ਲਾਣ ਦੇ ਸਾਰ ਹੀ ਤੁਹਾਨੂੰ 15 ਤੋਂ 20 ਦਿਨ ਦੇ ਵਿੱਚ ਤੁਹਾਡੇ ਵਾਲ ਝੜਨੇ ਸ਼ਰਤਾਂ ਬੰਦ ਹੋ ਜਾਣਗੇ ਜੀ ਕਿਉਂਕਿ ਇਹਦੇ ਵਿੱਚ ਕੈਮੀਕਲ ਇਨਵੋਲ ਨਹੀਂ ਹੈਗਾ ਠੀਕ ਹੈ ਠੀਕ ਹੈ ਜੀ